कहानी हाय बेचारा दिल भुवनेश्वर। वो निकी जी घटना हुण चेते दे धुंधले पै चुके ते उदासे जिहे परछावें विच उन्नी तिखी ते वड्डी नहीं जापदी। अज जदों मैं इस रोशनी हासियां ते शराफतां दी दुनिया तों भज जाणा चाहुंदा हाँ उस कुझे हनेरे वल जिथे पूरे जोश ते पूरे झल नाल अपनियां अखां खोल लवां। मैनू अपना साह घुटिया होया महसूस हुंदा है। अज तो मतलब है मेरी कामयाबी, मेरा हौसला अते नाकामयाबी अते बुजदली उन्हां बेशुमार जणियां अते जणियां दी जिन्हां जिंदगी दी दौड़ च मेरे नाल मुकाबला कीता। घट्टो घट्ट इहो है उह सिट्टा जिस ते मैं पहुंचदा हाँ जदों अपने आप दा सुचेत हो के जायजा लैंदा हाँ। तां इह सच है कि नहीं, इह परखना मेरी वित्त तों बाहर दी चीज़ है। समाज इस गल्ले मेरी इज्जत करता है कि मैं पूरी तरह उस दियां बंदिशां रोकां ते छोटे पुणे दे अगे गोडे टेकी आया हाँ। पर एक बार हाँ, अपनी कामयाबी दी सिखर ते कहिंदिआं मेरा दिल कंब रिहा है। मेरी आत्मा ने समाज के खिलाफ बगावत की सी। खैर हुण तां उह बस एक कहानी बन के रह गई है। 20 साल हो गए हैं मैं अपने डॉक्टर मित्रां दे नाल एक निक्के जे पहाड़ी थां रहिंदा सी। असीं सारे इक्को जिही उम्र ते इक्को जिहे सुभाअ दे खुश उम्मीद नौजवान सी। दिन ते रातां हसदिआं ताश खेडदिआं ते पहाड़ां च घुम्मदिआं फिरदिआं निकल रहे सन। अजे किसी भी खलो के जिंदगी की अख च अख पा के नहीं सी तकिया। एक शाम जदों असीं ताश की बाजी ते बाजी ला रहे सी उदों इस दुखांत भरी कहानी तप्पड़दा चुकिया गया। मेरे एक खिलंदड़े मित्र ने उस नूं गेट चो लंघदी आउंदी नूं देखिया अते कहा, लो इट दी राणी आखिर आ ही गई है। अते इउं सी कि एक लापरवाह ते जालिम माहौल दे नाल असीं उस दा स्वागत कीता सी। ओ जिस दीआं अखां च सारी दुनिया दा दिल वरुंदर वलुंदरन वाला दुख भरिया पिया सी। उहदी उमर तां इन्नी नहीं सी पर समें ने उस नाल कोई लिहाज नहीं सी कीता। उस दीआं अखां अंदर नूं तसियां होईआं सन, बुल पाटे होए सन, वलवलियां दे इक हड़ नूं थम्मी रखण दी कोशिश करदे पए, कमज़ोर बन्ना वांग निकम्मे पै रहे। उस अपनियां डूंगियां बिना किसे थल्ले वालियां अखां दे नाल साडे वल देखिया ते कहा, डॉक्टर साहब मैनू लगा जिवें इक तीर मेरे दिल नूं विन्न गया है अते इस दे झट बाद ही मैनू पछतावा भी बहुत होया। ਉਹ ਹੋਰ ਨੇੜੇ ਆ ਕੇ ਕਹਿੰਦੀ, ਮੇਰੇ ਪਤੀ ਨੂੰ ਦਿਲ ਦੀ ਤਕਲੀਫ ਹੈ, ਮੈਂ ਜਾਣ ਲਈ ਸਵਾਰੀ ਦਾ ਇੰਤਜ਼ਾਮ ਕਰ ਲਿਆਈ ਹਾਂ ਡਾਕਟਰ ਸਾਹਿਬ। ਨਾ ਉਹ ਹੋਰ ਕੁਝ ਵੀ ਉੱਚਰ ਸਕੀ, ਨਾ ਹੀ ਮੈਂ ਇੱਕ ਵੀ ਲਫ਼ਜ਼ ਹੋਰ ਸੁਣਨ ਦੇ ਲਈ ਰੁਕਿਆ। ਮੈਂ ਉੱਠ ਖਲੋਤਾ, ਝਟਪਟ ਆਪਣਾ ਕੋਟ ਪਹਿਨਿਆ, ਸਾਰਾ ਜ਼ਰੂਰੀ ਸਾਜ਼ੋ ਸਮਾਨ ਆਪਣੀਆਂ ਜੇਬਾਂ 'ਚ ਤੁੰਨਿਆ ਅਤੇ ਉਸਦੇ ਮਗਰ ਮਗਰ ਬਾਹਰ ਨਿਕਲ ਗਿਆ। ਮੇਰੇ ਮਿੱਤਰਾਂ ਨੇ ਸੋਚਿਆ ਹੋਵੇਗਾ ਕਿ ਮੈਂ ਪਾਗਲ ਸਿਰ ਫਿਰਿਆ ਹਾਂ, ਕੀ ਪਤਾ, ਪਰ ਆਪਣਾ ਆਪ ਉਸ ਅਣਜਾਣੀ ਔਰਤ ਦੇ ਹਵਾਲੇ ਕਰਨ 'ਚ ਮੈਨੂੰ ਇੱਕ ਕੋਈ ਮਰਦਾਨਾ ਜਿੱਤ ਅਤੇ ਸ਼ਾਨ ਜਿਹੀ ਮਹਿਸੂਸ ਹੋਈ। ਥੋੜ੍ਹੀ ਪਰਾਂ ਇੱਕ ਸੁਨੱਖਾ ਨੌਜਵਾਨ 2 ਘੋੜੇ ਲਈ ਖੜ੍ਹਾ ਉਡੀਕਦਾ ਪਿਆ ਸੀ। ਉਹ ਚੁੱਕ ਕੇ ਮਿਲਿਆ, ਅਸੀਂ ਘੋੜਿਆਂ 'ਤੇ ਸਵਾਰ ਹੋ ਗਏ ਅਤੇ ਫਟਾਫਟ ਹਨੇਰੇ ਰਾਹ 'ਤੇ ਦੁੜਕੀ ਚਾਲੇ ਜਾ ਰਹੇ ਸੀ। ਰਸਤੇ ਦੀਆਂ ਔਖਾਂ ਅਜਿਹੀਆਂ ਸਨ ਕਿ ਮੈਂ ਇਸ ਸੰਖੇਪ ਮੁਲਾਕਾਤ ਦੇ ਬਾਰੇ ਬਹੁਤਾ ਨਾ ਸੋਚ ਸਕਿਆ ਅਤੇ ਹਾਂ, ਕਈ ਸਾਰੀਆਂ ਅਣਸੁਖਾਵੀਆਂ ਸੂਈਆ ਕਹਾਣੀਆਂ ਦੇ ਕਥਾਨਕ ਮੇਰੇ ਦਿਮਾਗ ਵਿੱਚ ਚੱਕਰ ਲਾ ਗਏ। ਇਉਂ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਮਾਰੂ ਪ੍ਰਸਾਦਾ ਜਿਹੇ ਫੰਦੇ ਵਿੱਚ ਫਸ ਗਿਆ ਹਾਂ। ਕਦੇ ਕਦੇ ਮੇਰੇ ਖੱਬੇ ਵੱਲੋਂ ਔਰਤ ਉਸ ਸੁਣੱਖੇ ਨੌਜਵਾਨ ਦੇ ਨਾਲ ਉਸ ਘੋੜੇ 'ਤੇ ਬੈਠੀ ਇੱਕ ਭੁਲੇਖਾ ਜਿਹਾ ਜਾਪਦੀ। ਜਦੋਂ ਮੈਂ ਕੁਝ ਦੂਰ ਕੁਝ ਜੁਗਨੂ ਦੇਖੇ ਚੀੜ ਦੇ ਰੁੱਖਾਂ ਦੇ ਇੱਕ ਝੁੰਡ ਦੇ ਪਿੱਛੇ ਤਾਂ ਟੌਰਚ ਨਾਲ ਆਪਣੀ ਘੜੀ ਦੇਖੀ।
9 ਵਜੇ ਸਨ। ਹੋਰ 3 ਘੰਟੇ ਬਾਅਦ ਮੈਂ ਅਸਲੀਅਤ ਦੀ ਠੋਸ ਦੁਨੀਆ 'ਚ ਵਾਪਸ ਪੁੱਜਾ। ਅਸੀਂ ਇੱਕ ਨਿੱਕੇ ਜਿਹੇ ਪਿੰਡ 'ਚ ਪਹੁੰਚ ਗਏ ਸੀ ਅਤੇ ਹੁਣ ਅਸੀਂ ਘੋੜੇ ਛੱਡ ਦਿੱਤੇ। ਉਹ ਔਰਤ ਅਤੇ ਮੈਂ ਇੱਕ ਨਿੱਕੇ ਜਿਹੇ ਪੱਥਰਾਂ ਤੋਂ ਬਣੇ ਘਰ ਦੇ ਸਾਹਮਣੇ ਖੜ੍ਹੇ ਸੀ, ਜਿਵੇਂ ਕਿਸੇ ਹੋਰ ਹੀ ਗੈਬੀ ਦੁਨੀਆ ਦੇ ਜੀ ਹੋਈਏ। ਉਸਨੇ ਬੂਹੇ ਨਾਲ ਲੱਗਾ ਲੋਹੇ ਦਾ ਕੁੰਡਾ ਖੜਕਾਇਆ ਅਤੇ ਅੰਦਰੋਂ ਕਿਸੇ ਦੀ ਡੂੰਘੀ ਸੁਪਨਾਈ ਆਵਾਜ਼ ਆਈ। ਕੋਈ 5 ਮਿੰਟਾਂ ਦੇ ਬਾਅਦ ਸਿਰ ਤੋਂ ਪੈਰਾਂ ਤੱਕ ਕਿਸੇ ਬੇਰੰਗ ਹੋ ਗਏ ਕੱਪੜੇ 'ਚ ਲਿਪਟੀ ਇੱਕ ਨੌਜਵਾਨ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸਦੀ ਲਾਲਟੈਨ ਦੀ ਮੱਧਮ ਲੋ 'ਚ ਮੈਂ ਵੇਖ ਸਕਿਆ ਕਿ ਉਹ ਮੇਰੇ ਵੱਲ ਬੇਯਕੀਨੀ ਅਤੇ ਸ਼ੱਕ ਨਾਲ ਟਿਕਟਕੀ ਬੰਨ੍ਹ ਕੇ ਦੇਖ ਰਹੀ ਹੈ। ਮੈਂ ਘੁੰਮ ਕੇ ਉਸ ਔਰਤ ਵੱਲ ਦੇਖਣਾ ਚਾਹਿਆ ਜੋ ਮੈਨੂੰ ਉੱਥੇ ਲਿਆਈ ਸੀ, ਪਰ ਉਹ ਤਾਂ ਉੱਥੇ ਕਿਤੇ ਵੀ ਨਹੀਂ ਸੀ ਦਿਸਦੀ। ਮੈਂ ਹਰ ਪਾਸੇ ਵੱਲ ਦੇਖਿਆ, ਡਰ ਅਤੇ ਜਕੋ ਤਕੀ ਵਿੱਚ ਪਰੇ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਹਨੇਰੇ ਦੀ ਉਦਾਸੀ ਆਤਮਾ ਉਸਨੂੰ ਨਿਗਲ ਗਈ ਹੋ। ਉੱਥੇ ਦਰ 'ਚ ਖਲੋਤੇ ਨੇ, ਮੈਂ ਆਪਣੀ ਅਜੀਬ ਅਤੇ ਨਾਮੁਮਕਿਨ ਕਹਾਣੀ ਉਸ ਨੌਜਵਾਨ ਔਰਤ ਨੂੰ ਦੱਸੀ ਅਤੇ ਉਸਨੂੰ ਪੁੱਛਿਆ ਕਿ ਇੱਥੇ ਤੁਹਾਡੇ ਘਰ 'ਚ ਕੋਈ ਬਿਮਾਰ ਹੈ? ਇੱਥੇ ਕਿਸੇ ਨੂੰ ਕੋਈ ਬਿਮਾਰੀ ਨਹੀਂ, ਉਸਨੇ ਕੁਝ ਸਖਤਾਈ ਨਾਲ ਕਿਹਾ, ਪਰ ਤੁਸੀਂ ਅੰਦਰ ਆ ਕੇ ਮੇਰੇ ਪਿਤਾ ਨੂੰ ਮਿਲ ਸਕਦੇ ਹੋ। ਉਹ ਇਕੱਲ ਅਤੇ ਕੌੜ ਦਾ ਮਾਰਿਆ ਹੈ, ਹੋਰ ਉਸਨੂੰ ਬਿਮਾਰੀ ਕੋਈ ਨਹੀਂ। ਘਰ ਨਿੱਕਾ ਸੀ, ਸਿਰਫ 3 ਕਮਰੇ ਅਤੇ 1 ਰਸੋਈ। ਸਭ ਕੁਝ ਇੱਧਰ ਉੱਧਰ ਖਿਲ ਰਿਹਾ ਪਿਆ ਸੀ, ਟੁੱਟਾ ਫਰਨੀਚਰ, ਚੀਨੀ ਦੇ ਭਾਂਡੇ, ਹਿਰਨ ਦੀਆਂ ਖੱਲਾਂ, ਪਤਾ ਨਹੀਂ ਕੀ ਕੀ ਅਲਗਰਸੀ ਦੇ ਨਾਲ ਇੱਧਰ ਉੱਧਰ ਸੁੱਟਿਆ ਸੀ। ਜਿਵੇਂ ਇੱਕ ਕਮਰੇ ਵਿੱਚ ਇੱਕ ਅਧਖੜ ਆਦਮੀ ਮੰਜੀ 'ਤੇ ਪਿਆ ਸੀ, ਆਲੇ ਦੁਆਲੇ ਕਿਤਾਬਾਂ ਅਤੇ ਸਿਗਾਰ ਦੇ ਟੋਟੇ ਪਏ, ਕਿਸੇ ਆਉਣ ਵਾਲੇ ਨੂੰ ਅਜੀਬ ਰੋਮਾਂਚਕ ਖਿੱਚ ਪਾ ਰਹੇ ਸਨ। ਪਹਿਲੀ ਹੀ ਨਜ਼ਰ ਉਸਦੇ ਬੇਲਿਸ਼ਕ ਪੀਲੇ ਜਿਹੇ ਹੋਏ ਚਿਹਰੇ 'ਤੇ ਪਈ ਤਾਂ ਮੈਂ ਸਮਝ ਗਿਆ ਕਿ ਬਿਮਾਰੀ ਗੰਭੀਰ ਹੈ। ਅੱਖ ਝਪਕੀ ਵਿੱਚ ਹੀ ਮੈਂ ਸਾਰਾ ਮਾਮਲਾ ਸਮਝ ਗਿਆ। ਕਿਸੇ ਵਜ੍ਹਾ ਕਰਕੇ ਉਹ ਔਰਤ ਇਸ ਆਦਮੀ ਦੀ ਸ਼ੁਭ ਚਿੰਤਕ ਖੈਰ ਖਾ ਸਾਹਮਣੇ ਨਹੀਂ ਸੀ ਆ ਸਕਦੀ ਪਈ। ਮੇਰੇ ਬਾਰੇ ਜਾਣ ਕੇ ਆਦਮੀ ਨੇ ਮੈਨੂੰ ਚਾਰਪਾਈ 'ਤੇ ਬੈਠਣ ਦਾ ਸੱਦਾ ਦਿੱਤਾ, ਜਿਹੜੀ ਮਿੱਟੀ ਕੱਟੇ ਦੀ ਭਰੀ ਪਈ ਸੀ, ਅਤੇ ਮੇਰੀ ਕਹਾਣੀ ਸੁਣ ਕੇ ਉਸਦੇ ਮੂੰਹੋਂ ਇੱਕ ਖਾਲੀ ਜਿਹੀ ਉਦਾਸ ਹਾਸੀ ਫੁੱਟੀ। ਕਹਾਣੀ ਬੜੀ ਸੋਹਣੀ ਘੜੀ ਹੈ, ਪਰ ਇੱਥੇ ਇਸਦਾ ਕੋਈ ਖਰੀਦਦਾਰ ਨਹੀਂ। ਮੈਂ ਵਾਰ ਵਾਰ ਮੰਗ ਕੀਤੀ ਕਿ ਉਹ ਮੈਨੂੰ ਉਸਨੂੰ ਦੇਖ ਲੈਣ ਦੀ ਇਜਾਜ਼ਤ ਦੇਵੇ, ਪਰ ਉਸਨੇ ਮਨ੍ਹਾ ਕਰ ਦਿੱਤਾ। ਉਹ ਨਿਰਾਸ਼ਾਵਾਦ ਦਾ ਪੱਕਾ ਰੀਠਾ ਸੀ, ਇਸ ਵਿਸ਼ਵਾਸ ਦਾ ਤਾਰ ਨਹੀਂ ਕਿ ਇੱਕ ਕੋਈ ਅੰਨੀ ਜ਼ਾਲਮ ਸ਼ਕਤੀ ਇਸ ਗੰਦਲਾਈ ਹੋਈ ਦੁਨੀਆ ਨੂੰ ਚਲਾ ਰਹੀ ਹੈ। ਉਸ ਵੇਲੇ ਉਸਦੇ ਸ਼ਬਦ ਮੇਰੇ ਲਈ ਕੋਈ ਖਾਸ ਮਤਲਬ ਨਹੀਂ ਰੱਖ ਰਹੇ ਸਨ। ਮੈਂ ਸੋਚਿਆ ਇਹ ਉਸਦੀ ਬਿਮਾਰੀ ਦੀ ਹੀ ਨਿਸ਼ਾਨੀ ਸਨ। ਉਹ ਬੀਬੀ ਮੇਰੇ ਲਈ ਗਰਮ ਦੁੱਧ ਦਾ ਪਿਆਲਾ ਅਤੇ ਖਾਣ ਨੂੰ ਕੁਝ ਮਿੱਠਾ ਲੈ ਕੇ ਆਈ। ਮੈਂ ਉਸਦੀ ਸਾਦਗੀ ਨਾਲ ਕੀਤਾ ਤਰਲਾ ਮੋੜ ਨਾ ਸਕਿਆ, ਅਤੇ ਨਾ ਹੀ ਉਸ ਆਦਮੀ ਦੀ ਬੇਨਤੀ। ਕੁਝ ਖਾ ਪੀ ਲੈਣ ਤੋਂ ਬਾਅਦ ਮੈਂ ਸਿਗਾਰ ਬਾਲ ਲਿਆ ਅਤੇ ਇੱਕ ਵਾਰ ਫਿਰ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਉਸਨੂੰ ਵੇਖ ਲੈਣ ਦੇਵੇ। ਅਖੀਰ ਮੇਰੀ ਇਮਾਨਦਾਰੀ ਵੇਖ ਉਹ ਮੈਨੂੰ ਅਗਲੀ ਸਵੇਰੇ ਆਪਣਾ ਆਪ ਵਿਖਾ ਲੈਣ ਲਈ ਮੰਨ ਗਿਆ। ਦੂਰ ਕਿਤੇ ਦੇਵੀ ਦੇ ਮੰਦਰ 'ਚ ਰਾਤ ਦੀਆਂ ਭੇਟਾਂ ਮੁੱਕ ਰਹੀਆਂ ਸਨ ਅਤੇ ਮੈਂ ਪਿੰਡ ਦੇ ਹੋਟਲ 'ਚ ਆ ਗਿਆ ਰਾਤ ਲੰਘਾਉਣ ਲਈ। ਇਹ ਉਸ ਕਸਬੇ ਦੇ ਨਾਈ ਦਾ ਘਰ ਸੀ, ਉਹ ਕੁਝ ਕਮਰੇ ਕਿਰਾਏ 'ਤੇ ਦਿੰਦਾ ਸੀ। ਮੈਂ ਆਪਣੇ ਕੱਪੜੇ ਬਦਲੇ, ਆਪਣੇ ਕਮਰੇ ਦੀ ਅੱਗ ਦੇ ਸਾਹਮਣੇ ਬੈਠ ਗਿਆ ਅਤੇ ਕੁਝ ਬੇਧਿਆਨੀ ਜਿਹੀ ਨਾਲ ਸ਼ਾਮ ਦੀਆਂ ਸਾਰੀਆਂ ਘਟਨਾਵਾਂ ਮਨ ਹੀ ਮਨ ਦੁਹਰਾਉਣ ਹੀ ਲੱਗਾ ਸੀ ਕਿ ਮੈਨੂੰ ਬਾਹਰੋਂ ਕਿਸੇ ਦੀ ਬਹੁਤ ਘਬਰਾਈ ਹੋਈ ਆਵਾਜ਼ ਆਈ। ਮੈਂ ਸੋਚਿਆ ਵੇਖੋ ਹੁਣ ਅਲਫ ਲੈਲਾ ਦੀਆਂ 100 ਰਾਤਾਂ 'ਚੋਂ ਪਹਿਲੀ ਰਾਤ ਹੋਰ ਕੀ ਕੀ ਦਿਖਾਉਂਦੀ। ਮੈਂ ਦਰਵਾਜ਼ੇ 'ਤੇ ਗਿਆ ਅਤੇ ਉਹ ਬੀਬੀ ਦੇਖੀ। ਉਹ ਦੂਜੀ ਬੀਬੀ ਲਾਲਟੈਨ ਲੈ ਕੇ ਖੜ੍ਹੀ ਅਤੇ ਮੇਰੇ ਵੱਲ ਤਕਰੀਬਨ ਡਿੱਗਦੀ ਹੀ ਪਈ। ਜੀ ਦੱਸੋ, ਮੈਂ ਪੁੱਛਿਆ ਹੈਰਾਨੀ ਨਾਲ ਵੀ ਅਤੇ ਡਰ ਨਾਲ ਵੀ। ਤੁਹਾਡੇ ਜਾਣ ਤੋਂ ਬਾਅਦ ਪਿਤਾ ਜੀ ਬੁਰੀ ਤਰ੍ਹਾਂ ਖੰਘੀ ਜਾ ਰਹੇ ਨੇ, ਹੁਣ ਤਾਂ ਉਹਨਾਂ ਦਾ ਹਾਲ ਬਹੁਤਾ ਮਾੜਾ ਲੱਗ ਰਿਹਾ। ਮੈਂ ਆਪਣਾ ਵੱਡਾ ਕੋਟ ਪਹਿਨਿਆ ਅਤੇ ਝਟਪਟ ਉਸਦੇ ਨਾਲ ਹੋ ਲਿਆ। ਸਾਡੇ ਪਿੱਛੇ ਪਿੱਛੇ ਕੁੱਤੇ ਅਜੀਬ ਘਾਬਰ ਕੇ ਕੰਬਲੇ ਹੋਏ ਭੌਂਕੀ ਜਾ ਰਹੇ ਸਨ, ਜੋ ਮੇਰੇ ਦਿਲ ਨੂੰ ਤੰਗੀ ਦੇ ਰਹੇ ਸਨ। ਜਦੋਂ ਮੈਂ ਉਸ ਘਰ
ਪਰਤਿਆ ਮੈਂ ਉਹ ਆਦਮੀ ਮੰਜੀ ਤੇ ਨਿਰਜਿੰਦ ਪਿਆ ਦੇਖਿਆ। ਉਸਦੇ ਕੋਲ ਸੀ ਇੱਕ ਝੁਕੇ ਲੱਕ ਵਾਲਾ ਬੁੱਢਾ ਨੌਕਰ, ਸ਼ਾਇਦ ਹੁਣੇ ਹੀ ਕਿਤੋਂ ਪਰਤਿਆ ਸੀ ਤੇ ਹੁਣ ਮੈਂ ਤੇ ਹੁਣ ਉਹ ਰੋ ਰਿਹਾ। ਮੈਂ ਮਰ ਚੁੱਕੇ ਆਦਮੀ ਨੂੰ ਪਰਖਿਆ ਤੇ ਮੈਨੂੰ ਸਮਝ ਪਈ ਕਿ ਕਿਸੇ ਚਾਣ ਚੱਕ ਦੀ ਘਬਰਾਹਟ ਦੇ ਕਰਕੇ ਉਸਦਾ ਦਿਲ ਫੇਲ ਹੋ ਗਿਆ ਸੀ। ਉਹ ਬੀਬੀ ਝੱਟ ਸਮਝ ਗਈ ਤੇ ਦੁੱਖ ਨਾਲ ਭੰਨੀ ਨੇੜੇ ਪਏ ਟੁੱਟੇ ਮੰਜੇ ਤੇ, ਟੁੱਟੇ ਮੇਜ਼ ਤੇ ਦੂਰੀ ਹੋ ਗਈ। ਬੁੱਢੇ ਨੌਕਰ ਨੇ ਉਸਨੂੰ ਸਿੱਧੀ ਹੋਣ ਲਈ ਮਦਦ ਕੀਤੀ ਤੇ ਲਾਸ਼ ਉੱਤੇ ਇੱਕ ਨੀਲਾ ਕੱਪੜਾ ਪਾ ਦਿੱਤਾ। ਆਪਣੇ ਹੱਥ ਧੋ ਕੇ ਹਟਿਆ ਤਾਂ ਮੈਂ ਅਚਾਨਕ ਲਾਸ਼ ਦੇ ਨੇੜੇ ਕੰਧ ਤੇ ਟੰਗੀ ਇੱਕ ਵੱਡੀ ਸਾਰੀ ਪੇਂਟਿੰਗ ਦੇਖੀ। ਇਹੋ ਹੈ ਉਹ ਤੀਵੀਂ, ਮੈਂ ਚੀਖ ਪਿਆ, ਜੋ ਮੈਨੂੰ ਇੱਥੇ ਲਿਆਈ ਸੀ। ਉਹ ਬੀਬੀ ਪਤਾ ਨਹੀਂ ਕਿੱਥੋਂ ਆ ਨਿਕਲੀ ਬੇਯਕੀਨੀ ਬੇਯਕੀਨੀ ਅਤੇ ਡਰ ਨਾਲ ਮੇਰੇ ਵੱਲ ਦੇਖਦੀ ਪਈ। ਇਹ ਮੇਰੀ ਮਾਂ ਹੈ, ਪਰ ਇਹ ਤਾਂ 17 ਸਾਲ ਹੋ ਗਏ ਮਰ ਗਈ ਸੀ, ਮੇਰੇ ਜੰਮਣ ਤੋਂ 1 ਸਾਲ ਬਾਅਦ। ਇੰਨਾ ਸੁਣ ਮੇਰਾ ਹਾਲ ਕੀ ਹੋਣਾ ਸੀ ਕਹਿ ਨਹੀਂ ਸਕਦਾ, ਪਰ ਨਹੀਂ ਹੋਇਆ ਕਿਉਂਕਿ ਉਹ ਬੁੱਢਾ ਨੌਕਰ ਮੇਰੀ ਬਾਂਹ ਫੜ ਕੇ ਮੈਨੂੰ ਬਾਹਰ ਧਰੀਕ ਲੱਗਿਆ ਤੇ ਜੋ ਉਸ ਮੈਨੂੰ ਦੱਸਿਆ ਇੱਕ ਭਰੀ ਹੋਈ ਅਤੇ ਕੰਬਦੀ ਆਵਾਜ਼ 'ਚ ਇਹ ਸੀ, ਉਸਦਾ ਪਤੀ ਬੜੇ ਚਿਰ ਤੋਂ ਫੌਜ ਵਿੱਚ ਸੀ। ਜਦੋਂ ਅਖੀਰ ਘਰ ਆਇਆ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਨੂੰ ਇੱਕ ਜਵਾਨ ਅਤੇ ਸੋਹਣੇ ਸਰੰਗੀ ਵਾਦਕ ਨਾਲ ਪਾਗਲਪਨ ਦੀ ਹੱਦ ਤੱਕ ਪਿਆਰ ਹੋ ਗਿਆ। ਕੁਝ ਚਿਰ ਬਾਅਦ ਉਸੇ ਆਦਮੀ ਨਾਲ ਭੱਜ ਗਈ ਸੀ, 1 ਸਾਲ ਦੀ ਧੀ ਪਿੱਛੇ ਛੱਡ ਗਈ। ਕੁਝ ਦਿਨ ਹੀ ਹੋਏ ਹਨ, ਉਹਨਾਂ ਸੁਣਿਆ ਸੀ ਕਿ ਉਹ ਨੇੜੇ ਦੇ ਇੱਕ ਕਸਬੇ 'ਚ ਆਪਣੇ ਕਰਤੱਵ ਦਿਖਾ ਰਹੀ ਸੀ। ਪਿਆਰੇ ਪਾਠਕੋ, ਇਹ ਕਹਾਣੀ ਇੱਥੇ ਮੁੱਕੀ। ਜੋ ਤੁਸੀਂ ਸਮਝਣਾ ਹੈ ਸਮਝ ਲਓ, ਜੋ ਸਿੱਖਣਾ ਹੈ ਸਿੱਖ ਲਓ ਇਸ ਤੋਂ। ਮੈਨੂੰ ਤਾਂ ਹੁਣੇ ਕਿਸੇ ਦੀ ਆਖੀ ਹੋਈ 1 ਸਤਰ ਚੇਤੇ ਆਈ ਹੈ। ਹਾਏ ਵਿਚਾਰਾ ਦਿਲ। ਇਸ ਕਹਾਣੀ ਦੇ ਲੇਖਕ ਹਿੰਦੀ ਦੇ ਲਿਖਾਰੀ ਭੁਵਨੇਸ਼ਵਰ ਨੂੰ ਬਹੁਤਾ ਕਰਕੇ ਭੁਲਾ ਦਿੱਤਾ ਗਿਆ ਹੈ। ਉਹਨਾਂ ਦੀਆਂ ਕਹਾਣੀਆਂ ਦੀ ਨਵੀਂ ਕਿਤਾਬ ਨੇ ਉਹਨਾਂ ਦੇ ਕੰਮ ਉੱਤੇ ਫਿਰ ਨਜ਼ਰ ਪੁਆਈ ਹੈ। ਕਿਤਾਬ ਦਾ ਨਾਂ ਹੈ ਵੋਲਸ ਐਂਡ ਅਦਰ ਸਟੋਰੀਜ਼, ਭੁਵਨੇਸ਼ਵਰ, ਟਰਾਂਸਲੇਟਡ ਬਾਏ ਸਦਾਮਿਨੀ ਦਿਓ, ਸੀਗਲ ਬੁੱਕਸ। 1912 ਦੇ ਆਸ ਪਾਸ ਜਨਮੇ ਇਸ ਮਸ਼ਹੂਰ ਲੇਖਕ ਦਾ ਨਾਮ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਾਬਾਦ 'ਚ ਹੋਇਆ ਸੀ। ਹਮੇਸ਼ਾ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਹੀ ਰਹਿੰਦੇ ਇਸ ਬੇਤੁਕੀ ਲੇਖਨ ਵਿਧੀ ਦੇ ਮਾਲਕ ਦੀ 1 ਸਾਲ ਦੀ ਉਮਰ 'ਚ ਹੀ ਮਾਂ ਦੀ ਮੌਤ ਹੋ ਗਈ ਅਤੇ ਮਤਰੇਈ ਮਾਂ ਨੇ ਕੁਝ ਲੋਕ ਦੱਸਦੇ ਹਨ ਮਾੜਾ ਸਲੂਕ ਕੀਤਾ ਸੀ, ਖਾਸ ਕਰ ਪਿਤਾ ਅਤੇ ਚਾਚੇ ਦੀ ਮੌਤ ਤੋਂ ਬਾਅਦ। ਸ਼ੁਰੂ ਤੋਂ ਹੀ ਬਹੁਤ ਗਰੀਬੀ ਦੇਖੀ। ਇੱਕ ਅਧਿਆਪਕ ਨੇ ਦੱਸਿਆ ਕਿ ਇਹ ਬਾਲ ਚੁੱਪ ਚਾਪ ਰਹਿੰਦਾ ਸੀ, ਹਮੇਸ਼ਾ ਕੁਝ ਪੜ੍ਹਦਾ ਅਤੇ ਲਿਖਦਾ, ਕਾਲਜ ਨਹੀਂ ਗਏ। ਮੁਨਸ਼ੀ ਪ੍ਰੇਮ ਚੰਦ ਨੇ ਇਹਨਾਂ ਨੂੰ ਪਛਾਣਿਆ ਅਤੇ ਆਪਣੇ ਰਸਾਲੇ ਹੰਸ ਵਿੱਚ ਕਹਾਣੀਆਂ ਛਾਪੀਆਂ। ਬੇਤੁਕੇਪਨ ਬੇਹੂਦਾਵਾਦ ਦੀ ਵਿਧੀ ਦੇ ਮਸ਼ਹੂਰ ਲੇਖਕ ਕਾਮੂ ਵਾਂਗ ਜ਼ਿੰਦਗੀ ਅਤੇ ਹੋਂਦ ਦਾ ਕੋਈ ਮਤਲਬ ਅਤੇ ਮੁੱਲਾਂ ਦੀ ਤਲਾਸ਼ ਕਰਦਿਆਂ ਵੀ ਕੁਝ ਨਾ ਲੱਭ ਸਕਣ ਵਾਲੀ ਲੇਖਣੀ। ਕਾਮੂ ਮੁਤਾਬਕ ਇਨਸਾਨ ਨੂੰ ਸਮੁੱਚੀ ਹੋਂਦ ਦਾ ਬੇਤੁਕਾਪਨ ਕਬੂਲ ਲੈਣਾ ਚਾਹੀਦਾ ਹੈ।